ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਇੱਕ ਹੋਰ ਵਧੀਆ ਜਿਹਾ ਵਲੌਗ ਤੁਹਾਡਾ ਆਪਣਾ ਚੈਨਲ ਮਿਸਟਰ ਐਂਡ ਮਿਸਿਜ਼ ਰਿਹਲ। ਸੋ ਅੱਜ ਹੈਗਾ ਆ ਸੰਡੇ, ਅੱਜ ਮੈਂ ਘਰ 'ਚ ਸਭ ਤੋਂ ਪਹਿਲੇ ਨਹਾਤੀ ਹਾਂ। ਕਈ ਸੀਗਾ ਮੰਮੀ, ਆ ਦੇਖੋ ਮੰਮੀ, ਮੰਮੀ ਨੂੰ ਸਿਰ 'ਤੇ ਕਲਰ ਲਗਾਉਣਾ, ਮੰਮੀ ਨੇ ਕਲਰ ਲਗਾਉਣਾ ਅਤੇ ਮੰਮੀ ਹੁਣੇ ਮੱਖਣ ਕੱਢ ਕੇ ਹਟੀ ਹੈ ਅਤੇ ਮੱਖਣ ਕੱਢਣ ਤੋਂ ਬਾਅਦ ਮੰਮੀ ਕੱਢ ਰਹੀ ਆ ਪਨੀਰ। ਅੱਜ ਸੰਡੇ ਹੈਗਾ ਆ ਅਤੇ ਸਾਡੇ ਘਰ ਬਣਨ ਵਾਲੇ ਆ ਆਲੂ ਵਾਲੇ ਪਰੌਂਠੇ, ਜਿਹਦੀ ਤਿਆਰੀ ਆਲਮੋਸਟ ਸਾਰੀ ਹੋ ਚੁੱਕੀ ਆ ਅਤੇ ਉਸ ਤੋਂ ਬਾਅਦ ਮੱਖਣ ਸਾਡਾ ਦੂਜਾ ਅਮੁੱਲ ਵਾਲਾ ਕਾਫੀ ਟਾਈਮ ਬਾਅਦ ਹੁਣ ਅਸੀਂ ਆਲੂ ਵਾਲੇ ਬਣਾ ਰਹੇ। ਵਿੱਚ ਕਿਸੇ ਨੂੰ ਪਸੰਦ ਨਹੀਂ ਸੀ ਆ ਰਹੀ ਆਲੂ ਵਾਲੀ ਰੋਟੀ ਖਾਣੀ ਅਤੇ ਗੋਭੀ ਵਾਲੀ ਬਣ ਰਹੀ ਸੀ, ਸਾਡੇ ਬਹੁਤ ਬਣੀ ਸੀ ਮੂਲੀ ਵਾਲੀ ਅਤੇ ਗੋਭੀ ਵਾਲੀ, ਹੈ ਨਾ। ਅੱਜ ਅਸੀਂ ਆਲੂ ਵਾਲੀ ਬਹੁਤ ਢਾਈ ਤਿੰਨ ਮਹੀਨੇ, 2 ਕੁ ਮਹੀਨੇ ਤੋਂ ਬਾਅਦ ਤਾਂ ਬਣਾ ਹੀ ਰਹੇ ਹੋਵਾਂਗੇ, ਹੈ ਨਾ। ਅਤੇ ਆਪਣਾ ਕੀ ਕਹਿੰਦੇ ਆ ਜੋ ਹੈ ਨਹਾ ਧੋ ਕੇ ਜੋ ਹੈ ਆਪਣਾ ਧੂ ਬੱਤੀ ਵਾਲਾ ਕੰਮ ਸਾਡਾ ਹੋ ਗਿਆ। ਧੂ ਬੱਤੀ ਐਕਚੁਅਲੀ ਕੱਲ੍ਹ ਮੈਂ ਮੋਰਨਿੰਗ ਨਹਾਤੀ ਨਹੀਂ ਸੀ ਅਤੇ ਸਵੇਰੇ ਹੋਈ ਨਹੀਂ ਸੀ, ਇਹ ਪਹਿਲੇ ਮੰਮਾ ਕਰਦੇ ਹੁੰਦੇ ਸੀਗੇ, ਫਿਰ ਮੰਮਾ ਨੇ ਮੈਨੂੰ ਫਾਰਵਰਡ ਕਰਤੀ ਆ ਕਿਉਂਕਿ ਮੇਰੀ ਕਮਰ 'ਚ ਦਰਦ ਹੈ ਨਾ, ਠੀਕ ਸਵੇਰੇ ਨਹਾ ਨਹੀਂ ਸਕਦੀ ਮੈਂ। ਹਾਂ, ਪਰ ਜਿੱਦਾਂ ਕਦੀ ਮੇਰੇ ਤੋਂ ਨਾ ਹੋਈ ਮੈਂ ਬਿਜ਼ੀ ਹੋਈ ਤੇ ਮੰਮੀ ਨੇ ਕਰਤੀ, ਮੰਮੀ ਬਿਜ਼ੀ ਹੋਈ ਤੇ ਮੈਂ ਕਰਤੀ, ਏਦਾਂ ਹੁੰਦਾ। ਤੇ ਹੁਣ ਮੰਡੀ ਹੋਈ ਨਹੀਂ ਹੈ, ਜਦੋਂ ਜਿਹਨੂੰ ਜਦੋਂ ਟਾਈਮ ਮਿਲੇ ਉਦੋਂ ਉਹ ਕਰਦੇ। ਤੇ ਮੈਂ ਸਾਰੇ ਕੱਪੜੇ ਕੱਲ ਸਾਰੇ ਰੱਖਦੇ ਸੀਗੇ, ਹੁਣ ਸੁੱਕੇ ਹੋਏ ਮੈਂ ਲੱਗ ਕੇ ਆਈ ਹਾਂ ਬਾਹਰੋਂ। ਤੇ ਅੱਜ ਅਸੀਂ ਸਵੇਰੇ ਸਵੇਰੇ ਉੱਠੇ ਬਹੁਤ ਦੇਰ ਦੇ ਹੋਏ ਹਾਂ, 2 ਘੰਟੇ 1.5-2 ਘੰਟੇ ਹੋ ਗਏ। ਮੰਮੀ ਮੈਨੂੰ ਬਾਹਰ ਆਪਾਂ ਬਹੁਤ ਸਾਰੇ ਕੰਮ ਕਰਦੇ ਸੀਗੇ ਦੋਨੋਂ, ਅਸੀਂ ਚਾਹ ਵੀ ਪੀ ਲਈ ਦੋਨਾਂ ਨੇ, ਬਟ ਵਲੌਗ ਨਹੀਂ ਸੀ ਸ਼ੂਟ ਕੀਤਾ ਕਿਉਂਕਿ ਕੰਮ ਬਹੁਤ ਸਾਰਾ ਸੀ। ਮੈਂ ਕਹਿੰਦਾ ਪਹਿਲੇ ਨਹਾ ਲਵਾਂ, ਜੇ ਨਾ ਨਹਾਓ ਨਾ ਫਿਰ ਰਹਿੰਦਾ ਰਹਿੰਦਾ ਰਹਿ ਜਾਂਦਾ, ਨਹੀਂ ਮੰਮੀ ਫਿਰ ਆਲਸ ਪੈ ਜਾਂਦਾ। ਮੈਂ ਤੁਹਾਨੂੰ ਦਿਖਾਵਾਂ, ਇੱਧਰ ਦੇਖੋ, ਇੱਧਰ ਦੇਖੋ, ਚਾਚੇ ਨੂੰ ਤੰਗ ਕਰ ਰਹੀ ਆ। ਅਰੇ ਗੱਲੇ ਦੀ ਚਾਬੀ ਸੁੱਟ ਦਿੰਦੀ ਹੈ ਬੈੱਡ ਦੇ ਪਿੱਛੇ, ਤੁਸੀਂ ਬੁਨਾ ਵੀ ਸੁੱਟ ਦਿੱਤਾ। ਮੈਂ ਭੁੱਲ ਗਈ ਸੀ, ਮੈਂ ਕਿਹਾ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਇਹ ਸੁੱਟ ਦਿੰਦੀ ਹੁੰਦੀ ਹੈ ਪਿੱਛੇ। ਛੁਪਾ ਲਓ ਛੁਪਾ ਲਓ, ਚਲ ਗਈ ਉਹ ਸੁੱਟ, ਉਹ ਨਹੀਂ ਦਵਾਈ ਉਹਦੀ ਖਾਣੀ ਆ ਚਾਚੇ ਨੇ ਦਵਾਈ, 2 ਗੋਲੀਆਂ ਸੁੱਟ ਦੀਆਂ ਉਹਦੀਆਂ ਥੱਲੇ ਬੈੱਡ ਦੇ ਪਿੱਛੇ। ਹਰਜੀ ਦਵਾਈ ਖਾਣੀ, ਖੁਰਾਕ ਆ ਜਾਓ, ਆਲੂ ਵਾਲੇ ਪਰੌਂਠੇ ਬਣ ਰਹੇ ਅੱਜ। ਚਾਚੇ ਬ੍ਰਸ਼ ਕੀਤਾ, ਬ੍ਰਸ਼ ਅਰੂ ਕੇ ਚਾਚੇ ਬ੍ਰਸ਼ ਕੀਤਾ, ਬ੍ਰਸ਼ ਕੀਤਾ। ਅੱਛਾ ਹੁਣ ਨਾ ਪਾਰੀ ਇਹਨੂੰ ਦੋਣਾ ਤੇ ਏਦਾਂ ਨੀ ਬੋਲਦੀ ਹੁੰਦੀ, ਬੋ ਪਹਿਲੇ ਕਹਿੰਦੀ ਹੁੰਦੀ ਸੀ ਪਾਰੀ ਕਰਕੇ ਨਾ, ਏਦਾਂ ਸੁਣ ਕੇ ਬੋ ਆ ਰਹੀ ਹੈ। ਜੀਤ ਵੀ ਰੋਟੀ ਪੈਕ ਕਰਾ ਕੇ ਲਿਜਾਣ ਲੱਗ ਗਿਆ, ਹੈ ਨਾ, ਜਾਂ ਮੈਂ ਲੈ ਗਈ ਆ, ਜੀਤ ਦੋਨਾਂ ਚੋਂ ਇੱਕ ਜਣਾ ਲੈ ਗਿਆ, ਹੈ ਨਾ। ਕਿਸੇ ਦੀ ਇੱਕ ਟਾਈਮ ਦਾ ਲੰਚ ਹੈਗਾ ਆ, ਪਿਆਜ਼ ਟਮਾਟਰ ਪਾ ਕੇ, ਹੈ ਨਾ, ਇੱਕ ਵੱਡਾ ਪਿਆਜ਼ ਇੱਕ ਵੱਡਾ ਟਮਾਟਰ ਪਾ ਕੇ ਬਈ। ਮੰਮੀ ਸਾਡੀ ਬੜੀ ਇੰਟੈਲੀਜੈਂਟ ਹੋ ਗਈ ਹੈ, ਵੇਸਟ ਨਹੀਂ ਕਰਦੀ ਕੁਛ, ਮਾੜਾ ਜਿਹਾ ਕੁਛ ਕਰਦੀ ਹੈ, ਬੱਚੇ ਉਤਾਵੇ 2 ਚਮਚ ਪਨੀਰ ਨਿਕਲੇ ਕੱਢ ਦਿੰਦੀ ਹੈ ਮੰਮੀ, ਕਿਤੇ ਤਾਂ ਇਸਤੇਮਾਲ ਹੋਏਗਾ। ਕਹਿੰਦੇ ਨਹੀਂ, ਤੁਹਾਡਾ ਸਾਰਿਆਂ ਦਾ ਸੰਡੇ ਕਿੱਦਾਂ ਜਾ ਰਿਹਾ ਮੈਨੂੰ ਕਮੈਂਟ ਕਰਕੇ ਦੱਸ ਦਿਓ। ਮੈਂ ਨਹਾ ਲਿਆ ਹੋਇਆ ਦੂਜੇ ਨੰਬਰ 'ਤੇ, ਹੁਣ ਅਜੇ ਸਰਦਾਰ ਜੀ ਨਹਾ ਰਹੇ ਨੇ, ਫਿਰ ਹੌਲੀ 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 ਸਾਰੇ ਨਹਾਉਣਗੇ। ਅਤੇ ਮੈਂ ਹੁਣੇ ਹੁਣੇ ਕੱਪੜੇ ਸੁੱਕਣੇ ਪਾ ਕੇ ਹਟੀ ਸੀ ਅਤੇ ਮਸ਼ੀਨ 'ਚ ਲਾਈ ਆ ਹੋਰ ਕੱਪੜੇ ਪਾਇਆ, ਕੱਪੜੇ ਸਾਡੇ ਹਜੇ ਵੀ ਬਹੁਤ ਸਾਰੇ ਆ ਧੋਣ ਵਾਲੇ। ਪਹਿਲੇ ਸਵੇਰੇ ਬਹੁਤ ਜ਼ਿਆਦਾ ਤਿੱਖੀ ਧੁੱਪ ਸੀਗੀ, ਪਰ ਹੁਣ
ਬਿਲਕੁਲ ਮਿੰਨੀ ਮਿੰਨੀ ਧੁੱਪ ਹੈਗੀ ਆ। ਉਸ ਤੋਂ ਬਾਅਦ ਅੱਜ ਆਪਾਂ ਦੇਖਦੇ ਹਾਂ ਕੀ ਕਰਦੇ ਹਾਂ, ਪਲਾਨ ਹੈਗਾ ਆ ਕਿ ਅਰਨਾਜ਼ ਨੂੰ ਕਿਤੇ ਬਾਹਰ ਥੋੜ੍ਹਾ ਜਿਹਾ ਘੁਮਾ ਲਏ, ਕਿਉਂਕਿ ਅਰਨਾਜ਼ ਨਾਲ ਆਪਾਂ ਬਹੁਤ ਟਾਈਮ ਹੋ ਗਏ ਉਹਨੂੰ ਜਿੱਦਾਂ ਨਿੱਕੂ ਪਾਰਕ ਵਗੈਰਾ ਜਾਂ ਕਿਤੇ ਉਹਨੂੰ ਘੁਮਾ ਕੇ ਨਹੀਂ ਲਿਆਏ, ਹੈ ਨਾ, ਬਹੁਤ ਜ਼ਿਆਦਾ ਹੀ ਟਾਈਮ ਹੋ ਗਿਆ। ਸੋ ਬਾਕੀ ਦੇਖਦੇ ਹਾਂ ਕੀ ਪਲਾਨ ਬਣਦਾ ਸੰਡੇ ਦਾ। ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਲੂ ਵਾਲੇ ਪਰੌਂਠੇ ਖਾਓ। ਅੱਛਾ ਫਿਰ ਚਲੋ ਦੱਸਿਓ ਕਮੈਂਟ ਕਰਕੇ ਕੌਣ ਕੌਣ ਅੱਜ ਆਲੂ ਵਾਲੇ ਪਰੌਂਠੇ ਖਾ ਰਿਹਾ। ਠੀਕ ਹੈ ਠੀਕ ਹੈ, ਸਾਰੇ ਦੱਸਿਓ, ਆਪਾਂ ਦੇਖਦੇ ਹਾਂ ਹੋਰ ਕੌਣ ਕੌਣ ਖਾ ਰਿਹਾ ਆਲੂ ਵਾਲੇ ਪਰੌਂਠੇ। ਇੱਧਰ ਦੇਖੋ ਪੰਬੀਰੀ ਪੰਬੀਰੀ ਸਾਡੇ ਵਿੱਚ ਹਰਜੀ ਅਤੇ ਮੈਂ ਕੌਣ ਆਇਆ ਨੰਨੂ ਨੰਨੂ ਆਇਆ ਬਈ ਸਾਡਾ ਨਵਾਂ ਮੈਂਬਰ ਅਤੇ ਅੱਜ ਚੱਲ ਰਿਹਾ ਆਲੂ ਦੇ ਪਰੌਂਠੇ ਆ। ਨੰਨੂ ਸਵਾਦ ਬਣੇ, ਬੋਲ ਲਾ ਕੁਛ, ਗਰਦਨ ਕੀ ਲਾ ਰਿਹਾ, ਬੋਲ ਕੇ ਹਾਂ ਸਵਾਦ ਬਣੇ ਹੈ ਅਤੇ ਹਰੀ ਚਟਨੀ ਪਲੱਸ ਦਹੀਂ ਪਲੱਸ ਮਜ਼ਾ ਆ ਗਿਆ, ਨਜ਼ਾਰੇਦਾਰ ਵਾਲੇ ਪਰਾਂਠੇ ਠੀਕ ਹੈ ਅਤੇ ਇਹਨਾਂ ਦੋਨਾਂ ਦੀ ਅਲੱਗ ਗੁਪਚੁੱਪ ਚੱਲ ਰਹੀ ਹੈ, ਰੰਗੀਨ ਬਣਾ ਦਿੰਦੀ ਹੈ, ਪਜਾਮੇ ਤੇ ਵੀ ਲਿਖ ਦੇਗੀ। ਚਲੋ ਕੋਈ ਨਹੀਂ। ਹਾਂਜੀ ਫਿਰ ਨਾ ਨਾਸ਼ਤਾ ਨੁਸ਼ਤਾ ਬਣਾਉਣ ਤੋਂ ਬਾਅਦ ਅਸੀਂ 12:15 ਨਾਲ ਨਾਸ਼ਤਾ ਕੀਤਾ, ਉਸ ਤੋਂ ਬਾਅਦ ਆਪਾਂ ਕਿਚਨ ਵਿਚਨ ਸਾਫ਼ ਕੀਤਾ, ਕੱਪੜੇ ਵਗੈਰਾ ਦਾ ਕੰਮ ਕੀਤਾ ਅਤੇ ਅੱਜ ਸਾਡੀ ਜਿਹੜੇ ਦੀਦੀ ਆ ਨਾ ਉਹ ਆਏ ਨਹੀਂ ਹੈਗੇ, ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਭਾਂਡੇ ਮਾਂਜਣੇ ਵੀ ਲਾ ਲਿਆ, ਮੋਰਨਿੰਗ ਦੇ ਭਾਂਡੇ ਕਰਕੇ ਜਾਂਦੇ ਆ, ਸੋ ਆਏ ਨਹੀਂ ਸੀਗੇ ਅਤੇ ਫਿਰ ਮੈਂ ਕੀ ਕੀਤਾ, ਸਭ ਤੋਂ ਪਹਿਲੇ ਤਾਂ ਮੈਂ ਇੰਨੇ ਸਾਰੇ ਭਾਂਡੇ ਧੋਤੇ, ਠੀਕ ਹੈ, ਭਾਂਡੇ ਧੋਤੇ, ਮੰਮੀ ਨੇ ਮਾਰਿਆ ਝਾੜੂ, ਫਿਰ ਉਸ ਤੋਂ ਬਾਅਦ ਮੈਂ ਮਾਰਿਆ ਪੋਚਾ ਅਤੇ ਸਾਫ਼ ਸਫਾਈ ਕਰਕੇ ਹੁਣ ਜੋ ਹੈ ਵਿਹਲੇ ਹੋਏ ਹਾਂ। ਉਸ ਤੋਂ ਬਾਅਦ ਅਰਨਾਜ਼ ਨੂੰ ਹੁਣ ਨਵਾਇਆ, ਨਹਾਈ ਉਹ ਮੇਰੇ ਤੋਂ ਹੈ ਅਤੇ ਕੱਪੜੇ ਪਾਏ ਕੰਘੀ ਉਹ ਮੰਮੀ ਤੋਂ ਬਣਾ ਲਿਆ, ਨਹਾਉਣਾ ਕਹਿੰਦੀ ਤੁਹਾਡੇ ਤੋਂ ਹੈ ਅਤੇ ਮੰਮੀ ਨੂੰ ਕਹਿੰਦੀ ਤੁਹਾਡੇ ਤੋਂ ਨਹੀਂ ਨਹਾਉਣਾ, ਮੈਂ ਮੰਮੀ ਤੋਂ ਨਹਾਉਣਾ, ਮਤਲਬ ਦਾਦੀ ਤੋਂ ਨਹੀਂ ਨਹਾਉਣਾ, ਮੰਮੀ ਤੋਂ ਨਹਾਉਣਾ। ਸੋ ਨਹਾ ਨਹੁ ਕੇ ਵਿਹਲੀ ਹੋਈ ਹਾਂ, ਮੰਮੀ ਉਹਨੂੰ ਤਿਆਰ ਕਰ ਰਹੇ ਆ ਅਤੇ ਟਾਈਮ ਕੀ ਹੋ ਚੁੱਕਿਆ, 2:30 ਵੱਜ ਚੁੱਕੇ ਆ, ਆ ਪਤਾ ਨਹੀਂ ਕਿਹੜੀ ਹੁਣ 5 ਮਿੰਟ ਅੱਗੇ ਪਿੱਛੇ ਮੈਨੂੰ ਨਹੀਂ ਪਤਾ, 5 ਵੱਜ ਚੁੱਕੇ ਆ ਅਤੇ ਦੇਖੋ ਮੈਂ ਅੱਜ ਸਵੇਰੇ ਹੀ ਜੋ ਹੈ ਨਹਾ ਨਹੁ ਕੇ ਰੇਡੀ ਹੋ ਗਈ ਸੀਗੀ। ਹੁਣ ਮੈਂ ਕੀਤੀ ਕੰਘੀ, ਮੈਂ ਕੱਲ੍ਹ ਦਾ ਸਿਰ ਧੋਤਾ ਸੀ, ਮੈਂ ਕੰਘੀ ਨਹੀਂ ਸੀ ਕੀਤੀ, ਕੰਘੀ ਕਰਕੇ ਅਤੇ ਹੁਣ ਮੈਂ ਥੋੜ੍ਹਾ ਜਿਹਾ ਮੋਇਸਚਰਾਈਜ਼ਰ ਵਗੈਰਾ ਮਤਲਬ ਕੋਲਡ ਕਰੀਮ ਲਾ ਕੇ ਮੂੰਹ 'ਤੇ ਅਤੇ ਲਿਪਸਟਿਕ ਵਿਪਸਟਿਕ ਲਗਾ ਕੇ ਰੇਡੀ ਹੋ ਗਿਆ। ਹੁਣ ਫਿਲਹਾਲ ਸਾਡਾ ਕੋਈ ਕੰਮ ਕਰਨ ਵਾਲਾ ਨਹੀਂ ਹੈਗਾ, ਜੋ ਰਾਤੀ ਅਸੀਂ ਸਬਜ਼ੀਆਂ ਬਣਾਈਆਂ ਸੀ ਉਹ ਦੁਪਹਿਰ ਲਈ ਸਾਡੀ ਪਈਆਂ ਹੋਈਆਂ, ਸੋ ਦੁਪਹਿਰੇ ਆਪਾਂ ਹੁਣ ਕੁਛ ਨਹੀਂ ਬਣਾਉਣਾ ਹੈਗਾ, ਹੁਣ ਕੀ ਕਰੀਏ, ਮੈਂ ਚਟਮੁੱਲਾ ਕੱਢੀ ਸੀ ਖਾਣਾ, ਆਪਾਂ ਜਦੋਂ ਮੰਮੀ ਹੁਣਾਂ ਲਈ ਕੇਕ ਲਾਉਣ ਗਏ ਸੀ ਨਾ ਤਾਂ ਮੈਂ 2 ਲੈ ਕੇ ਆਈ ਸੀ, ਇੱਕ ਤਾਂ ਮੈਂ ਖਾ ਲਈ ਸੀ, ਇੱਕ ਇੱਦਾਂ ਹੀ ਪਈ ਰਹੀ ਸੀ, ਮੇਰਾ ਚੇਤੇ ਨਹੀਂ ਸੀ, ਹੁਣ ਮੈਂ ਦੇਖੀ ਮੈਂ ਕਿਹਾ ਖਾ ਲੈਂਦੇ ਹਾਂ। ਅਤੇ ਅੱਜ ਪਤਾ ਸਭ ਤੋਂ ਵੱਡਾ ਮੇਨ ਕੰਮ ਕੀ ਕਰਨਾ, ਅੱਜ ਮੰਮੀ ਹੁਣਾਂ ਦੀ ਮੰਮੀ ਲਈ ਅਲਮਾਰੀ ਲੈਣ ਜਾਣੀ ਆ ਸੀ, ਪਤਾ ਨਹੀਂ ਮੂਰਤ ਕਦੋਂ ਨਿਕਲਣਾ ਜਾਂਦਾ, ਦੇਖੋ ਮਹਿੰਦੀ ਲਾ ਕੇ ਬੈਠੀ ਮੰਮੀ, ਬਸ ਖਾਲੀ ਮੰਮੀ ਰਹਿ ਗਈ ਨਾਨ ਵਾਲੀ, ਸਭ ਨੇ ਨਹਾ ਲਿਆ ਸੀ ਅਤੇ ਆਪਣਾ ਕੀ ਕਹਿੰਦੇ ਅਲਮਾਰੀ ਲੈਣ ਜਾਣਾ। ਹੁਣ ਅੱਜ ਅਸੀਂ ਸੋਚਿਆ ਸੀਗਾ ਜਿੱਦਾਂ ਤੁਹਾਨੂੰ ਮੋਰਨਿੰਗ ਦੱਸਿਆ ਸੀ ਕਿ ਘੁੰਮ ਫਿਰ ਕੇ ਵੀ ਆਵਾਂਗੇ, ਥੋੜ੍ਹਾ ਜਿਹਾ ਸੰਡੇ ਹੈਗਾ ਕਿਉਂਕਿ ਕੱਲ੍ਹ ਵੀ ਸਾਰਾ ਦਿਨ ਕੰਮ ਘਰ ਦੇ ਕੰਮ 'ਚ ਇੱਥੇ ਨਿਕਲ ਗਿਆ ਟਾਈਮ, ਅੱਜ ਵੀ ਆਲਮੋਸਟ ਇੱਦਾਂ ਹੀ ਨਿਕਲ ਗਿਆ। ਸੋ ਮੈਂ ਸੋਚ ਰਹੀ ਹਾਂ ਸ਼ੁਗਰ ਆਪਾਂ ਝਾੜੂ ਪੋਚਾ ਭਾਂਡੇ ਕਰ ਲਿਆ, ਕਿਉਂਕਿ ਜੇ ਕੋਈ ਘਰੇ ਆ ਜਾਵੇ ਫਿਰ ਚੰਗਾ ਲੱਗਦਾ, ਸਾਡੀ ਕਿਚਨ ਵੀ ਓਪਨ ਹੈਗੀ ਆ, ਹੈ ਨਾ। ਅਤੇ ਹੁਣ ਬੈਠਦੇ ਹਾਂ ਥੋੜ੍ਹੀ ਦੇਰ ਧੁੱਪ ਸੇਕਦੇ ਹਾਂ, ਮੰਮੀ ਨਹਾ ਲਏ, ਮੰਮੀ ਨਹਾ ਲਏ, ਉਸ ਤੋਂ ਬਾਅਦ ਆਪਾਂ ਰੀਲਸ ਵੀ ਬਣਾਉਣੀ ਆ, ਰੀਲਸ ਬਣਾਵਾਂਗੇ, ਫਿਰ ਆਪਾਂ ਦੇਖਦੇ ਹਾਂ ਅੱਜ ਅਲਮਾਰੀ ਲੈਣ ਜਾਣਾ ਮੰਮੀ ਲਈ ਨਵੀਂ ਲੈ ਕੇ ਆਵਾਂਗੇ। ਨੰਨੂ ਹੋਰ ਨੰਨੂ ਠੀਕ ਬਸ, ਅਨਾਜ ਛੱਡ ਨਹੀਂ ਰਹੀ ਨੰਨੂ ਨੂੰ, ਭਾਅ ਜੀ ਆ ਜਾਓ ਖੇਡੀਏ, ਭਾਅ ਜੀ ਆ ਜਾਓ ਇਹ ਕਰੀਏ, ਭਾਅ ਜੀ ਲਾਈ ਹੋਈ ਆ ਅਰਨਾਜ਼ ਨੂੰ। ਇਹ ਕੀ ਲਾ ਕੇ ਆਇਆ, ਕਲਿੱਪ ਕਿੱਥੇ ਲਾਇਆ, ਸਿਰ ਤੇ ਜੂੜੇ ਤੇ, ਜੂੜੇ ਤੇ ਹੀ ਲਾਣਾ ਹੁੰਦਾ ਹੈ ਨਾ, ਜੂੜੇ ਤੇ ਦੇਖੋ ਬਣਾਣਾ ਕਲਿੱਪ, ਦੇਖੋ ਕਿੱਦਾਂ ਲਾਇਆ, ਹੈਂ ਤੂੰ ਸਿੱਕ ਕਰ ਲੱਗੀ, ਜੂੜੇ ਤੇ ਨਿੱਕਾ ਜਿਹਾ ਬਣਾਣਾ ਕਲਿੱਪ, ਹੁਣੇ ਬਾਅਦ ਸਿਆ ਲੈਣਾ ਫਿਰ ਖਾਣਾ ਹੈ।
ਸਾਡੇ ਘਰ ਦਾ ਇੱਕ ਪੁਰਾਣੀ ਰਹਿੰਦਾ ਸੀ ਨਾਨਲੀ, ਉਹ ਵੀ ਨਾ ਆਇਆ। ਹੈਂ ਸੁਨੀਲ ਦਾ ਸੂਟ ਪਾ ਲੈਣਾ ਮੋਜਾ ਮੰਮੀ, ਸੁਨੀਲ ਦਾ ਸੂਟ। ਤੈਨੂੰ ਵੀ ਤੇ ਟੌਪ ਸਵਾ ਕੇ ਦਿੱਤੀ, ਪਤਾ ਨੀ ਕਿੱਥੇ ਵਾਰਤੀ ਉਹ ਇਹਦੇ ਨਾਲ ਲਾ ਦੂਜਾ ਪਿਆ ਹੋਇਆ ਨੀ ਮਾੜਾ, ਮੈਂ ਆਉਣਾ ਹੀ ਨੀ ਹੁਣ, ਮੈਨੂੰ ਆ ਜਾਏਗਾ ਸੁਨੀਲ ਹੈ ਨਾ ਅੱਜ ਵਧੀਆ ਹੈ, ਥੱਲੇ ਪਾ ਕੇ ਉੱਤੇ ਕੁਛ ਵੀ ਪਾ ਲਓ, ਪਾਉਣ ਉੱਤੇ ਆ ਪਾ ਕੇ ਚਲੇ ਜਾ ਕੇ ਪਰ ਅੰਦਰੋਂ ਤਾਂ ਨਿੱਘਾ ਹੈ ਨਾ। ਸਹੀ ਬਾਤ, ਕੀ ਕਰੀਏ ਮੰਮੀ ਹੁਣ ਅਸੀਂ, ਕਿੰਨਾ ਟਾਈਮ ਹੋ ਗਿਆ, 3 ਵੱਜਣ ਵਾਲਿਆ, ਬਸ ਕੁਛ ਖਾਣਾ ਪਾਣੀ ਬਣਾਉਂਦੇ ਹਾਂ। ਇਹਨਾਂ ਨੇ ਮੈਨੂੰ ਲੇਟਣ ਨਹੀਂ ਦਿੱਤਾ, ਕਹਿੰਦੇ ਉੱਠ ਤੂੰ ਛੋਲੇ ਬਣਾ, ਮੈਂ ਹਲਾ ਬਣਾ, ਮੈਂ ਕਿਹਾ ਮੰਮੀ ਮੈਂ ਨਹੀਂ ਬਣਾਉਣਾ, ਮੰਮੀ ਮੈਂ ਨਹੀਂ ਬਣਾਉਣਾ, ਮੰਮੀ ਕਹਿੰਦੀ ਨਹੀਂ ਆਪਾਂ ਦੋਨੇ, ਮੰਮੀ ਚਰਨਾਜ਼ ਆ ਗਈ, ਕਹਿੰਦੇ ਮੈਂ ਹਲਵਾ ਬਣਾਉਂਦੀ ਹਾਂ ਤੂੰ ਛੋਲੇ ਬਣਾ। ਸੂਜੀ ਦਾ ਪੈਕਟ ਇਹਨਾਂ ਨੇ ਕੱਢ ਲਿਆ, ਮੈਨੂੰ ਪਤਾ ਵੀ ਨਹੀਂ ਮੈਂ ਪਾਲਾ ਵਿੱਚ ਲੱਭੀ ਨਹੀਂ, ਮੈਂ ਕਿਹਾ ਕਿੱਥੇ ਰੱਖਤਾ, ਮੈਂ ਲੱਭ ਹੀ ਨਹੀਂ ਰਿਹਾ, ਮੇਰੀ ਬਾਤ ਸੁਣੀ ਨਹੀਂ ਰਹੀ, ਮੈਂ ਕਿਹਾ ਮੈਂ ਤੈਨੂੰ ਕਿਹਾ ਮੰਮੀ ਬੜਾ ਛੋਟਾ ਜਿਹਾ ਪੈਕਟ ਹੈ, ਕਿੰਨੇ ਦਾ ਹੈ, 5 ਅੱਧਾ ਕਿਲੋ ਦਾ ਹੈ ਮੰਮੀ, 500 ਗ੍ਰਾਮ ਦਾ, ਅੱਧਾ ਕਿਲੋ ਦਾ, ਹਾਂ 500 ਗ੍ਰਾਮ ਦਾ ਸੂਜੀ, 500 ਗ੍ਰਾਮ ਮੰਮੀ ਵੀ ਨਾ ਅਲੂ ਜਿਸਮੀ ਕੋ ਛੋਲੇ ਖੱਟਾ ਬਣਾਇਆ, ਬੜਾ ਮਜ਼ਾ ਆਇਆ। ਨੌਬਤ ਆਉਣ ਵਾਲੀ ਸੀ, ਮੈਂ ਬੜਾ ਡਰ ਲੱਗਦਾ ਉਹ ਸੋਚ ਕੇ, ਜਿੱਦਾਂ ਮੇਰੀ ਕਮਰ ਦਰਦ ਸੀ, ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਕਦੀ ਖੜੀ ਵੀ ਹੋ ਪਾਵਾਂ, ਚੰਡਾ ਕਿੱਥੋਂ ਖਾਧੀਆਂ, ਅਰਨਾਸ ਦੇ ਨਾ ਫੋਨ ਨਾ ਫੋਨ ਮਾਰਿਆ ਹੋਇਆ, ਮੰਮੀ ਗੰਦੇ ਕੰਮ ਕਰਕੇ ਹਟੀ ਆ, ਦੇਖ ਮੰਮੀ ਦੇ ਇੱਥੇ, ਮੰਮੀ ਨੂੰ ਕਿਸੇ ਪਾਪਾ ਨੇ ਨਾ ਮੰਮੀ ਨੂੰ ਕੁੱਟਿਆ, ਵੇਖ ਲਾਲ ਪੱਪੀਆਂ ਕਰ ਰਹੇ ਦੋਨੋਂ ਜਾਣੇ, ਚੜ੍ਹਦੀ ਧੁੱਪ, ਨਜ਼ਾਰੇਦਾਰ ਧੁੱਪ ਹੈ, ਜੋ ਮਰਜ਼ੀ ਬੋਲੇ। ਤੇ ਬਈ ਆਪਾਂ ਚੱਲਿਆ ਹੁਣ ਮੰਮੀ ਲਈ ਅਲਮਾਰੀ ਲੈਣ, ਮੰਮੀ ਨੇ ਜਿਹੜੀ ਅਲਮਾਰੀ ਲੈਣੀ ਆ, ਅਸੀਂ ਰੀਹਲਾ ਮਤਲਬ ਚੱਲੇ ਨਹੀਂ, ਅਸੀਂ ਤੇ ਰੀਹਲਾ, ਅਰੇ ਜਾ ਰਹੇ ਹਾਂ, ਮਤਲਬ ਹਿੰਦੀ ਚ ਬੋਲਾਂ ਬਈ, ਆਪਾਂ ਜਾ ਰਹੇ ਹਾਂ ਮੰਮੀ ਕੇ ਲਈ ਅਲਮਾਰੀ ਲੈਣੇ, ਹਾਏ ਹਿੰਦੀ, ਅਰੇ ਤੁਮਰਾ, ਅਰੇ ਤੁਮਰਾ ਪੀਛੇ ਕਪੜਾ ਗਿਰ ਗਿਆ ਹੈ, ਤੂੰ ਵਹਾਂ ਜਾ ਕੇ ਕਪੜਾ ਆਪਣਾ ਉਠਾਈ। ਉਸ ਤੋਂ ਬਾਅਦ ਅਸੀਂ ਅਨਾਜ ਨਾਚ ਘੁਮਾਨ ਵੀ ਲੈ ਕੇ ਜਾਣਾ, ਪਰ ਪਹਿਲੇ ਮੰਮੀ ਦਾ ਕੰਮ ਕਰਦੇ, ਕਿਉਂਕਿ ਫਿਰ ਮੰਮੀ ਨੇ ਜਰਾ ਕਿਤੇ ਜਾਣਾ ਹੈ, ਰੁਕ ਜਾਓ ਵੇਟ, ਵੀਰ ਜੀ ਦਿਖਾ ਤੇ ਆ ਰਹੇ ਇਧਰ, ਵੀਰ ਜੀ ਲਾ, ਵੀਰ ਜੀ, ਵੀਰ ਜੀ ਦਿਖਾਓ, ਕੈਮਰਾ ਪਾਓ ਵੀਰ ਜੀ, ਵੀਰ ਜੀ, ਹਾਂਜੀ ਵੀਰ ਜੀ, ਹਾਂ ਹੁਣ ਤਾਂ ਵੀਰ ਜੀ ਨਾਲ ਬੋਲਣ ਲੱਗਾ, ਸਾਇਲੈਂਟ ਮੋਡ ਤੇ ਹੈਗੇ ਨੇ, ਵੀਰ ਜੀ ਦਾ ਨਾ ਸਾਇਲੈਂਟ ਮੋਡ ਦਾ ਬਟਨ ਹੀ ਤੋੜ ਰਹੇ ਨੇ ਆਪਾਂ, 2-4 ਦਿਨਾਂ ਚ ਇਹਨੂੰ ਸਾਇਲੈਂਟ ਮੋਡ ਤੇ ਕਰ ਦਿੰਦੇ ਆਪਾਂ, ਕੀ ਕਹਿੰਦੇ ਆ ਹਾਂ, ਕਿਉਂਕਿ ਫਿਰ ਮੰਮੀ ਨੇ ਕਿਤੇ ਜਾਣਾ ਹੈ, ਸੋ ਪਹਿਲੇ ਅਲਮਾਰੀ ਦੇ ਕੇ ਇਹਨਾਂ ਨੂੰ ਘਰ ਛੱਡਾਂਗੇ, ਫਿਰ ਆਪਾਂ ਜਾਵਾਂਗੇ ਅਨਾਜ ਨੂੰ ਘੁੰਮੀ ਘੁੰਮੀ ਕਰਾਉਣ, ਠੀਕ ਹੈ, ਫਿਰ ਮੈਂ ਵੀ ਕੱਪੜੇ ਲੈਣੇ ਆ 2-4, ਜੇ ਕੁਝ ਪਸੰਦ ਆ ਗਿਆ ਤੇ ਲੈ ਲਾਂਗੇ, ਜੇ ਨਹੀਂ ਆਇਆ ਤੇ ਤੁਸੀਂ ਕਿੰਨੇ ਕੱਪੜੇ ਲੈ ਕੇ, ਤੁਹਾਡੇ ਕੋਲ ਤੇ ਅਜੇ ਕਿੰਨੇ ਸਾਰੇ ਨਵੇਂ ਪਏ ਆ ਕੱਪੜੇ, ਤੂੰ ਤੇਰਾ ਖਾਤਾ ਖੋਲਿਆ ਸੀ ਪਿਛਲੇ ਮਹੀਨੇ, ਰੋਜ਼ ਹੀ ਕੱਪੜੇ ਖਰੀਦੇ ਤੂੰ, ਬੇਟਾ ਬਹੁਤ ਸਾਰੇ ਕੱਪੜੇ ਪਏ ਆ ਤੁਹਾਡੇ ਕੋਲ, ਹੋਰ ਮਹੀਨਾ ਡੇਢ ਪੈਣੇ ਆ, ਫੇਰ ਪੈਣੇ ਨਹੀਂ, ਹੁਣ ਅਸੀਂ ਕੱਪੜੇ ਹੋਰ ਨਹੀਂ ਖਰੀਦਣੇ, ਬਹੁਤ ਸਾਰੇ ਕੱਪੜੇ ਆ ਤੁਹਾਡੇ ਕੋਲ, ਨਹੀਂ ਸੱਚੀ ਇਹਦੇ ਕੋਲ ਬਹੁਤ ਕੱਪੜੇ ਆ, ਕੱਲ ਮੈਂ ਸਮੇਟ ਰਹੀ ਸੀ ਨਾ,
ਮੈਂ ਕਿਹਾ ਇਹਦੇ ਕੋਲ ਤੇ ਵਾਧੂ ਕੱਪੜੇ ਹੁਣ ਖਰੀਦਣ ਦੀ ਲੋੜ ਨੀ ਹੈਗੀ। ਹਾਂ ਕੇਸ਼ਵ, ਕੇਸ਼ਵ ਪਰ ਵਾਧੂ ਨੀ ਗਲਾ ਹੈ ਕੱਪੜੇ ਇਹਦੇ। ਨਿਊ ਬੈਗ ਕੀ ਕਰ, ਹਾਂ ਤਾਂ ਨਿਊ ਭੂਆ ਨੇ ਲੈ ਕੇ ਦਿੱਤਾ ਜਿਹੜਾ ਨਿਊ ਲੈ ਕੇ ਜਾਂਦੇ ਹੋ। ਬੜਾ ਸੋਚ ਸੋਚ ਕੇ ਬੋਲੀ ਹਜ਼ੀ ਦੇਖੋ ਬਈ। ਆਪਾਂ ਬਹੁਤ ਸਾਰੀਆਂ ਅਲਮਾਰੀਆਂ ਦੇਖਦੀਆਂ, ਉਹ ਚੋਂ ਆਪਾਂ ਇੱਕ ਪਸੰਦ ਕੀਤੀ, ਹੁਣ ਆਪਾਂ ਕਰਾ ਰਹੇ ਹਾਂ ਰੇਟ ਕੀ ਬੈਠਦਾ ਹੈ ਨਾ ਅਲਮਾਰੀ ਦਾ, ਸੋ ਦੇਖਦੇ ਹਾਂ। ਅਸੀਂ ਫਰਨੀਚਰ ਖਰੀਦਣ, ਮੰਮੀ ਨੇ ਅਲਮਾਰੀ ਆਪਣੀ ਲੈ ਲਈ ਜਿਹੜੇ ਅਲੱਗ ਅਲੱਗ ਵਲੌਗ ਤੂੰ ਕੀ ਕਰ ਰਹੀ ਆ, ਅਲੱਗ ਵਲੌਗ 'ਚ ਤੁਹਾਨੂੰ ਕੱਲ੍ਹ ਵਾਲੇ ਵਲੌਗ 'ਚ ਦਿਖਾਵਾਂਗੇ ਕਿਹੜੀ ਅਲਮਾਰੀ ਲਿੱਤੀ ਲੈ ਲਈ। ਉਹ ਵੀ ਫਾਈਨਲ ਜਸਮੀਤ ਨੇ ਆਪਣੀ ਅਲਮਾਰੀ ਦੇਖੀ 55,000 ਦੀ, ਇਹਨੂੰ ਮੈਡਮ ਨੂੰ ਕੋਈ ਪੁੱਛੇ ਅਲਮਾਰੀ 55,000 ਦੀ। ਕੱਪੜੇ ਨਹੀਂ ਆਉਣੇ ਸਾਡੇ, ਮੈਂ ਅਭੀ ਆਪਕੋ ਆਫਿਸ ਅਲਮਾਰੀ ਕਾ ਇੱਕ ਸਿਲਸਿਲਾ ਬਤਾਤਾ ਹੂੰ, ਚਲੋ। ਆ ਦੇਖੋ ਸਾਨੂੰ 407 ਤੇ ਲੈ ਕੇ ਚੱਲੇ ਆ ਕੁਮਾਨ, ਇਸ ਤੇ ਜਾਣਾ ਨਹੀਂ ਜਾਣਾ, ਕਹਿੰਦੀ ਜਾਣਾ ਇਸ ਤੇ ਨਹੀਂ ਜਾਣਾ, ਉਸ ਤੇ ਜਾਣਾ ਠੀਕ ਆ, ਚਲ ਕਹਿ ਨਹੀਂ ਜਾਣਾ, ਕਦੀ ਨਹੀਂ ਉੱਥੇ ਜਾਣਾ। ਤੇ ਮੰਮੀ ਪਾਪਾ ਹਰਜੀ ਗਏ ਹੋਏ ਆ ਆਪਣਾ ਕਿਤੇ, ਉਹਨਾਂ ਨੇ ਬਹੁਤ ਜ਼ਰੂਰੀ ਮਤਲਬ ਰਿਸ਼ਤੇਦਾਰੀ 'ਚ ਜਾਣਾ ਸੀਗਾ, ਸੋ ਅਸੀਂ ਕਿਹਾ ਅੱਜ ਅਸੀਂ ਨਹੀਂ ਜਾ ਰਹੇ, ਅੱਜ ਤੁਸੀਂ ਜਾਓ, ਅਸੀਂ ਅਨਾਜ ਨੂੰ ਘੁਮਾਉਣ ਲੈ ਕੇ ਜਾਣਾ ਆ ਅਤੇ ਅਸੀਂ ਅੱਜ ਇਹਨੂੰ ਘੁਮਾ ਕੇ ਲਿਆਵਾਂਗੇ ਕਿਉਂਕਿ ਇਹਨੂੰ ਬਹੁਤ ਟਾਈਮ ਤੋਂ ਆਪਾਂ ਘੁਮਾ ਕੇ ਨਹੀਂ ਲਿਆ। ਵੈਸੇ ਆਲਰੇਡੀ ਲੇਟ ਹੋ ਗਿਆ ਸੀ, ਇਹਨੂੰ ਨਿੱਕੂ ਪਾਰਕ ਲੈ ਕੇ ਜਾਣਾ ਸੀ ਪਰ ਹੁਣ ਇਹਦਾ ਹੋ ਚੁੱਕਿਆ, ਆਪਾਂ ਇਹਨੂੰ ਮੌਲ ਲੈ ਕੇ ਜਾਵਾਂਗੇ ਘੁਮਾ ਫਿਰਾ ਕੇ ਲਿਆਵਾਂਗੇ। ਮੈਂ ਸ਼ੂਜ਼ ਲੈਣੇ ਆ, ਸ਼ੂਜ਼ ਦੇਖ ਲਵਾਂਗੇ ਜੇ ਪਸੰਦ ਆ ਗਏ, ਔਰ ਜੇ ਬਜਟ 'ਚ ਹੋਏ ਤਾਂ ਮੈਂ ਲਵਾਂਗੀ, ਵਰਨਾ ਇੱਦਾਂ ਹੀ ਕੱਢ ਦੇਣਾ ਥੋੜ੍ਹਾ ਟਾਈਮ ਹੋਰ ਕੀ ਹੋਏਗਾ। ਨਹੀਂ ਚਲੋ ਰੁੱਕ, ਇਹ ਆਪਣੀ ਜਿਮਨੀ ਤਾਂ ਹੈ ਨਹੀਂ, ਕਿਸੇ ਦੀ ਜਿਮਨੀ ਆ ਜਿਹੜੀ ਆਪਾਂ ਲੈ ਕੇ ਚੱਲੇ, ਆਪਣੀ ਤਾਂ ਦਿੱਲੀ ਆ, ਦਿੱਲੀ ਤੋਂ ਅਜੇ ਆਈ ਨਹੀਂ। ਉੱਧਰ ਮੱਤ ਜਾਓ, ਪਾਪਾ ਆ ਕੇ ਕਰ ਰਿਹਾ ਗਾੜੀ, ਵੇਟ ਤੇ ਕਰ ਪੁੱਤਰ, ਕਾਲੀ ਬਹੁਤ ਪੈ ਇੰਨੀ ਤੂੰ ਕਹਿ ਰਹੀ ਹੈ, ਗੋਦੀ ਚੱਕ ਲਓ। ਮੈਂ ਨਾ ਯਾਰ ਥੋੜ੍ਹਾ ਲੰਗੜਾ ਲੰਗੜਾ ਕੇ ਤੁਰਿਆ ਕਿਉਂਕਿ ਨਾ ਇੱਕ ਦਿਨ ਤੋਂ ਮੇਰੇ ਪੈਰ 'ਚ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਗਈ ਆ, ਸਾਰੇ ਸਮਝਣਗੇ ਕੁੜੀ ਅਤੇ ਪੈਰ 'ਚ ਪ੍ਰੋਬਲਮ ਹੈਗੀ ਆ, ਇੱਕਦਮ ਹੀ ਦਰ ਸਟਾਰਟ ਹੋ ਗਈ, ਘਰੋਂ ਨਿਕਲਦੇ ਹੀ ਜਾ ਕੇ ਹੁਣ ਦਵਾਈ ਖਾਣੀ ਪੈਣੀ ਆ, ਹੁਣ ਬਸ ਇੱਦਾਂ ਹੀ ਤੁਰਨਾ ਪੈਣਾ ਥੋੜ੍ਹਾ ਥੋੜ੍ਹਾ ਨਾ। ਸ਼ੋਪਰ ਸਟੋਪ 'ਤੇ ਚੱਲ ਰਹੀ ਹੈ ਅਪ ਟੂ 50% ਔਫ ਅਤੇ 10% ਇਸ ਇੰਸਟੈਂਟ ਡਿਸਕਾਊਂਟ ਹੋਣ ਐਚ ਡੀ ਐਫ ਸੀ ਕ੍ਰੈਡਿਟ ਕਾਰਡ। ਉਹ ਦੇਖੋ ਖੁਸ਼ੀ ਬੜੀ ਹੈ ਮੌਲ ਆ ਕੇ। ਮੋਸਟ ਅਵੇਟਿਡ ਸ਼ੋਪਿੰਗ ਕੀਤੀ ਆ ਅੱਜ, ਮੈਂ ਜਾਕਟ ਲੈਣੀ ਸੀ ਲੈ ਲਈ ਡੀਕੈਥਲਨ ਤੋਂ, ਹੁਣ ਖੇਡ ਲਿਖਿਓ ਆਪਾਂ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਠੀਕ ਹੈ। ਇਸ ਵਾਰ ਆਪਾਂ ਚੱਲਿਆ, ਹਾਂ ਹਰਜੀ ਵੀ ਇਹਨਾਂ ਨੂੰ ਕਹਿ ਰਿਹਾ ਸੀ ਦੇਖ ਤੂੰ ਮੇਰਾ ਬੜਾ ਭਾਈ ਆ, ਤੂੰ ਮੇਰੇ ਲਈ ਪਜਾਮਾ ਲੈ ਕੇ ਆ, ਪਜਾਮਾ ਛੱਡ ਕੇ ਅਸੀਂ ਪੂਰਾ ਟਰੈਕ ਸੂਟ ਹੀ ਲੈ ਲਿਆ ਉਹਦੇ ਲਈ, ਅਤੇ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਘਰ ਜਾ ਕੇ ਦਿਖਾਵਾਂਗੇ, ਅਤੇ ਹੁਣ ਆਇਆ ਉੱਪਰ ਸ਼ੋਪਰ ਸਟੋਪ 'ਤੇ, ਉਸ ਤੋਂ ਬਾਅਦ ਇਹਨੂੰ ਟੂਤਰੀ ਕਰਾਵਾਂਗੇ। ਇਸਕੋ ਹੱਥ ਪਕੜੋ, ਹੱਥ ਆਪੇ ਜੰਪ ਮਾਰ ਗਈ, ਡਰਦੀ ਨਹੀਂ ਹੈਗੀ। ਮੰਮੀ ਵੀ ਖੇਲ ਰਹੀ ਹੈ, ਯੋ ਮਾਂ ਤੀ ਦੋਨੋਂ ਜਣੀਆਂ ਬਾਈਕ ਚਲਾ ਰਹੀਆਂ, ਉਹ ਜ਼ਿੰਦਗੀ ਤੈਨੂੰ ਸਾਈਕਲ ਚਲਾਉਣੀ ਨਾ ਆਈ ਹੋਵੇ, ਇੱਥੇ ਤੂੰ ਬਾਈਕ ਚਲਾਓ ਮਾਰਤੀ ਕਾਜ, ਬਸ ਇਹੀ ਹਾਲ ਉਵੇਂ ਰਾਈਡਿੰਗ ਲਾਈਫ 'ਚ ਕਰਦੀ ਹੈ। ਇੰਨੀ ਬੇਕਾਰ ਬਾਈਕ ਚਲਾਈ, ਉੱਤਰ ਜਾਓ, ਚਲੋ ਚਲੋ ਗੈਟ ਆਊਟ, ਚਲੋ ਅਰੂ ਹਾਰ ਗਈ।
ਡੀਮਾ ਟਾਈਮ ਤੇ ਆ ਗਿਆ ਜਸਮੀਤ ਔਰ ਮੈਂ ਰਾਸ਼ਨ ਖਰੀਦਾ ਹੁਣ ਤੱਕ ਆਪਾਂ ਕੁਛ ਨਹੀਂ ਲਿੱਤਾ ਆਲਤੂ ਫਾਲਤੂ ਚੀਜ਼ਾਂ ਲੈਣੀਆਂ ਠੀਕ ਹੈ ਸਿਰਫ ਕੰਮ ਦੀ ਚੀਜ਼ ਚਾਹ ਲਿੱਤੀ ਡੈਟਸ ਇਟ ਬਾਕੀ ਸਾਰਾ ਚੀਜ਼ਾਂ ਨਾਲ ਆਪਣਾ ਇਹੀ ਸਭ ਲਿੱਤਾ ਫਾਲਤੂ ਦਾ ਸਮਾਨ ਅਤੇ ਹੁਣ ਆਪਾਂ ਲੈਣ ਲੱਗੇ ਮਖਾਣੇ ਕਿਉਂਕਿ ਇਹਨੂੰ ਭੁੰਨ ਕੇ ਖਾਣ 'ਚ ਵਧੀਆ ਲੱਗਦਾ ਸਹੀ ਗੱਲ ਹਾਂ ਪੈਕਟ ਲਈ ਕਿਉਂਕਿ ਕਿਲੋ 'ਚ ਬਹੁਤ ਆ ਜਾਂਦੇ ਚਲੋ ਭਾਓ ਇਹਦੇ ਵਿੱਚ ਕਿਲੋ ਤਾਂ ਹੀ ਆਉਣਗੇ ਬਈ ਸਮਾਨ ਆਪਾਂ ਕਰਤਾ ਲੋਡ ਤੇ ਸਾਨੂੰ ਨਾ ਦੇਖੋ ਦੋ ਬਾਊਲ ਫ੍ਰੀ ਮਿਲਿਆ ਕਿਹਦੇ ਨਾਲ ਜਿਹੜਾ ਆਪਾਂ ਰੱਥ ਦੇ ਪੈਕੇਟ ਲੈਣੇ ਆ ਨਾ ਘਿਓ ਵਾਲੇ ਇੰਨੇ ਹਲਕੇ ਹੈਗੇ ਆ ਨਾ ਚਲੋ ਫ੍ਰੀ ਦੀ ਚੀਜ਼ ਤੇ ਫ੍ਰੀ ਹੁੰਦੀ ਹੈ ਨਾ ਮੇਰਾ ਧਨੀਆ ਜਿੱਦਾਂ ਫ੍ਰੀ ਮਿਲਦਾ ਨਾ ਧਨੀਆ ਐ ਕਹਿੰਦੇ ਮੰਮੀ ਕਲਰ ਕਰਦੀ ਹੈ ਨਾ ਵਾਲਾਂ ਨੂੰ ਮੰਮੀ ਨੂੰ ਕਹਿਣਾ ਇਹ ਚ ਪਾ ਕੇ ਕਲਰ ਕਰਿਆ ਕਰੇ ਨਹੀਂ ਇਹਨੂੰ ਆਪਾਂ ਜੋ ਹੈ ਦਹੀਂ ਦੂਹੀ ਖਾਣ ਲਈ ਰੱਖ ਲਾਂਗੇ ਫ੍ਰੀ ਦੀ ਚੀਜ਼ ਵੇਸਟ ਕਿਉਂ ਜਾਣ ਦਈਏ ਨਹੀਂ ਕਿਉਂ ਯਾ ਬੇਬੀ ਦਵਾਈ ਖਾਣੀ ਆ ਜ਼ਿੰਦਗੀ ਦਵਾਈਆਂ ਦੀ ਚੱਲ ਰਹੀ ਆ ਅੱਜ ਕੱਲ ਉਹ ਦੇਖੋ ਕੋਈ ਵਿੱਚ ਟਰੋਲੀ ਛੱਡ ਗਿਆ ਕੱਲ ਵੀ ਥੋੜੀ ਜਿਹੀ ਠੰਡ ਘੱਟ ਸੀ ਅੱਜ ਵੀ ਨਾਰਮਲ ਡੇਜ਼ ਨਾਲੋਂ ਠੰਡ ਥੋੜੀ ਘੱਟ ਹੈਗੀ ਆ ਨਹੀਂ ਠੰਡ ਘੱਟ ਨਹੀਂ ਬੇਟਾ ਤੁਸੀਂ ਗੱਡੀ 'ਚ ਘੁੰਮ ਰਹੇ ਹੋ ਤੁਹਾਨੂੰ ਚੱਲ ਫਿਰ ਰਹੇ ਹੋ ਨਾ ਉਹਦੇ ਕਰਕੇ ਤੁਹਾਨੂੰ ਗਰਮੀ ਲੱਗ ਰਹੀ ਸ਼ੀਟ ਆਪਣੀ ਵੋਟੀ ਨੂੰ ਟੈਡੀ ਬੀਅਰ ਲੈ ਕੇ ਦੇ ਰਿਹਾ ਸੀ ਘਰ ਦੇ ਉਹ ਲਿੱਤੇ ਕੀ ਨਾਮ ਨਵੇਂ ਚੋਚਲੇ ਹੁੰਦੇ ਨੇ ਜਦੋਂ ਹੋ ਜਾਂਦੇ ਨੇ ਸੁਣ ਤੇ ਸਹੀ ਅੱਗੇ ਉਹ ਘਰ ਦੇ ਮੈਟਸ ਲੈ ਰਹੇ ਸੀ ਨਵੇਂ ਚੱਪਲਾਂ ਲੈ ਰਹੀ ਸੀ ਉਹਦੀ ਲੈ ਰਹੀ ਸੀ ਉਹਦੀ ਚੱਪਲਾਂ ਲੈ ਰਹੀ ਸੀ ਹੈਨਾ ਮੈਂ ਉਹਨੂੰ ਵੇਖ ਕੇ ਮੈਂ ਕੋਈ ਨਹੀਂ ਦਿੱਤਾ ਹਲੇ ਨਵਾਂ ਲੈ ਟਾਈਮ ਹੋ ਗਿਆ ਹਾਂ ਇਹ ਸਟਾਰਟਿੰਗ ਤੋਂ ਕਹਿੰਦੀ ਤਾਂ ਪਈਆਂ ਮੈਂ ਨਵੇਂ ਨਵੇਂ ਚੋਚਲੇ ਨੇ ਸਾਰੇ ਵਿਆਹ ਤੋਂ ਬਾਅਦ ਬਾਅਦ ਚ ਕੋਈ ਨਹੀਂ ਕੋਈ ਟਾਈਮ ਆਉਂਦੇ ਭਾਵੇਂ ਰੇਂਦ ਮੈਰਿਜ ਹੋਵੇ ਭਾਵੇਂ ਲਵ ਮੈਰਿਜ ਹੋਵੇ ਹੋਰ ਕੁਝ ਚਲੋ ਅੱਜ ਮੰਮੀ ਦੀ ਅਲਮਾਰੀ ਵੀ ਫਾਈਨਲ ਹੋ ਗਈ ਅੱਜ ਆਪਾਂ ਅਲਮਾਰੀ ਦੀ ਡਿਲੀਵਰੀ ਨਹੀਂ ਲਿੱਤੀ ਕਿਉਂਕਿ ਆਪਾਂ ਸਾਰੇ ਅੱਜ ਬਾਹਰ ਸੀਗੇ ਇਸ ਕਰਕੇ ਹੁਣ ਸਵੇਰੇ ਅੱਜ ਕੱਲ ਸਵੇਰੇ ਜੋ ਹੈ ਅਲਮਾਰੀ ਆ ਜਾਏਗੀ ਤੇ ਅਲਮਾਰੀ ਮੇਨ ਕੰਮ ਹੋ ਗਿਆ ਉਸ ਤੋਂ ਬਾਅਦ ਕੱਲ ਪੂਰਾ ਦਿਨ ਕੱਪੜੇ ਸਾਂਭਣ ਨੂੰ ਲੱਗ ਜਾਣਾ ਫਿਰ ਛੁੱਟੀ ਖਤਮ ਮੇਰੀ ਫਿਰ ਟਿਊਜ਼ਡੇ ਤੋਂ ਆਪਾਂ ਕੰਮ ਤੇ ਫਿਰ ਉਹੀ ਰੂਟੀਨ ਸਾਡੀ ਸ਼ੁਰੂ ਹੋ ਜਾਣੀ ਆ ਨਹੀਂ ਫਿਰ 1 ਤਰੀਕ ਨੂੰ ਹੈਗਾ ਮੰਡੇ 31st ਦੀ ਛੁੱਟੀ ਆਏਗੀ ਸਿੱਧਾ ਸੰਡੇ ਦੀ ਸਿੱਧਾ ਸੰਡੇ ਜਸਮੀਤ ਨੂੰ ਸੰਡੇ ਦੀ ਛੁੱਟੀ ਆਏਗੀ ਅਗਲੇ ਮਹੀਨੇ ਫਿਰ 26 ਤਰੀਕ ਦੇ ਲਾਗੇ ਛਾਗੇ ਜਸਮੀਤ ਦੀ ਛੁੱਟੀ ਆਉਣੀ ਹੈ ਦੇਖੋ ਇਹ ਅਗਲਾ ਮਹੀਨਾ ਪੂਰਾ ਤੁਹਾਨੂੰ ਸਭ ਦੱਸ ਦੇ 27 ਪਤਾ ਨਹੀਂ 26 ਨੂੰ ਸਾਡੇ ਘਰ ਪ੍ਰਵਾਸ ਵੀ ਆਉਣੀ ਹੈ ਹਾਂ ਬਾਬਾ ਜੀ ਆਣਗੇ ਫਿਰ ਤੋਂ ਮਜ਼ਾ ਆਊਗਾ ਹੁਣ ਕੱਲ ਕਨਫਰਮ ਹੋ ਜਾਏਗਾ 26 ਤਰੀਕ ਹੈ ਕਿ 27 ਤਰੀਕ ਹੈ ਹਾਂ ਇਹ ਪਿਛਲੀ ਵਾਰ ਵੀ ਤੇ ਇਹਨੇ ਪਾਈ ਹੋਈ ਉਹਦੀ ਇਹ ਵੇਖੋ ਨੇ ਇੱਕ ਜੈਕਟ ਆ ਲਿੱਤੀ ਆਪਾਂ ਹੁਣ ਮੈਂ ਲਾਤੀ ਹੁਣ ਮੈਂ ਪਾਉਂਗੀ ਨਹੀਂ ਬਾਰ ਬਾਰ ਫਿਰ ਜਦ ਮੈਂ ਪਾਉਂਗੀ ਨਾ ਪਾ ਕੇ ਆਫਿਸ ਜਾਊਂਗੀ ਫਿਰ ਦਿਖਾਉਂਗੀ ਹਾਂ ਹਾਂਜੀ ਹਾਂਜੀ ਹੱਥ ਲਾ ਲਿਆ ਜਦ ਤੱਕ ਇਹ 5 ਸਾਲ ਦੀ ਨਹੀਂ ਹੋਏਗੀ ਇਹਨੂੰ ਅਸੀਂ ਮੋਲ ਨਹੀਂ ਲੈ ਸਕਦੇ ਅੱਜ ਤੋਂ ਬਾਅਦ
ਬਹੁਤ ਆਮ ਕੀਤਾ ਤੁਸੀਂ ਸੋਚ ਤੋਂ ਪਰੇ ਸਿਰ ਦਰਦ ਕਰਾ ਦਿੱਤਾ ਮੇਰਾ ਤੇ ਅੱਜ ਤੇ ਹਰ ਚੀਜ਼ ਲਈ ਲਿੱਤਾ ਆਪਾਂ ਟਰੈਕ ਸੂਟ ਮੇਰੇ ਤੋਂ ਮੰਗ ਰਿਹਾ ਸੀ ਮੈਂ ਕਿਹਾ ਚੱਲ ਤੂੰ ਵੀ ਐਸ਼ ਲੈ ਤੂੰ ਵੀ ਐਸ਼ ਲੈ ਪੂਰਾ ਟਰੈਕ ਸੂਟ ਹੈ ਕਿੰਨਾ ਵੱਡਾ ਵਹਿਮ ਹੈ ਮੰਮੀ ਇਸ ਬੰਦੇ ਨੂੰ ਇਹਨੂੰ ਸਮਝਾਓ ਇਹ ਵਹਿਮ ਵੂਮ ਕੱਢ ਆਪਣੇ ਦਿਲੋਂ ਚੱਲ ਐ ਵੀ ਪਾ ਗਿਆ ਚੈੱਕ ਕਰਕੇ ਪੂਰਾ ਆਂਦਾ ਚੁੱਪ ਚੁੱਪ ਰਹਿੰਦਾ ਵੀ ਹਨਾ ਹਾਂ ਏਡੇ ਸਾਰੇ ਇਹਦੇ ਕੱਪੜੇ ਆਏ ਨੇ ਇਹਦਾ ਵੀ ਝੋਲਾ ਫੁੱਲ ਭਰ ਭਰ ਕੇ ਆਇਆ ਚੌਹਾਨ ਵਾਲੇ ਤੋਂ ਹਨਾ ਹਰਜੀ ਚੌਹਾਨ ਵਾਲੇ ਤੇ ਜਾਂਦਾ ਇਹਨੂੰ ਵੀ ਚੌਹਾਨ ਤੇ ਲੈ ਕੇ ਗਈ ਹਾਂ ਮੈਂ ਜਾਣ ਵਾਲਾ ਚਲ ਜਾਵਾਂਗਾ ਕਿਆ ਐਂਗਲ ਪੁੱਛ ਲਿਆ ਤੈਨੂੰ ਪਤਾ ਕੌਣ ਸੇ ਐਂਗਲ ਸੇ ਤੂੰ ਦਿਖ ਰਹੀ ਹੈ ਪਸੰਦ ਮੇਰੀ ਹੋਈ ਨਾ ਜਿਹੜੀ ਚੀਜ਼ ਉਹ ਪਸੰਦ ਆ ਠੀਕ ਹੈ ਨਾ ਚੈੱਕ ਤੇਰੀ ਕੁੜੀ ਕੁਝ ਗੰਦ ਪਾ ਰਹੀ ਹੋਈ ਦੇਖਿਆ ਉਹਦੀਆਂ ਚਾਬੀਆਂ ਗੱਲੇ ਦੀਆਂ ਦਰਾਜ਼ 'ਚ ਸਿੱਟੀਆਂ ਇਹਨੇ ਆ ਜਾ ਤੂੰ ਕਿੱਧਰ ਗਈ ਕਮਰੇ 'ਚ ਪਾ ਦੇ ਸਹੀ ਹੈ ਉਹ ਲਾਉ ਪਿੰਦੀ ਹੈ ਯਾਰ ਤੇਰੀ ਕਸਮ ਹਾਂ ਸਹੀ ਹੈ ਹਾਂਜੀ ਫਿਰ ਅੱਜ ਨੂੰ ਅਸੀਂ ਪਤਾ ਕੀ ਪੀਤਾ ਇੰਨੇ ਸਾਲਾਂ ਬਾਅਦ ਬੋਰਨਵੀਟਾ ਵਾਲਾ ਦੁੱਧੂ ਕਿਆ ਹੋ ਤੂੰ ਨਿਚੇ ਤੇਲ ਪਾਣਾ ਦੋ ਬੂੰਦ ਜ਼ਿੰਦਗੀ ਕੇ ਆ ਰਹੀ ਹੂੰ ਚਲੋ ਫਿਰ ਉਹ ਆ ਜਾਏਗੀ ਨਾ ਉਹ ਆ ਮੂਰਤ ਇਹ ਰੱਖੋ ਇਹ ਮੂਰਤ ਤੇ ਬਸ ਨਹੀਂ ਦੱਸਾਂਗੀ ਸਵੇਰੇ ਤੈਨੂੰ ਇਹ ਮੂਰਤ ਤੇ ਕਹਿੰਦੇ ਕਿਚਨ 'ਚ ਮੂਰਤ ਤੇ ਹੀ ਰੱਖਣਾ ਬਸ ਆ ਰਹੀ ਹੂੰ ਵੀ ਮੰਮੀ ਦੇ ਦੋ ਬੂੰਦ ਜ਼ਿੰਦਗੀ ਦੇ ਪਾਇਆ ਵਾ ਮੈਂ ਹੈ ਤੇ ਐਂਡ ਕਰ ਦੋ ਬਲੌਗ ਉੱਥੇ ਦੋ ਬੂੰਦ ਜ਼ਿੰਦਗੀ ਦੀ ਪਾ ਤੇ ਬਸ ਅੱਜ ਬਹੁਤ ਸਾਰੇ ਇੰਪੋਰਟੈਂਟ ਕੰਮ ਸੀਗੇ ਅਲਮਾਰੀ ਵਾਲਾ ਕੰਮ ਹੋ ਗਿਆ ਤੁਹਾਨੂੰ ਦੱਸਿਆ ਗਰੋਸਰੀ ਵਾਲਾ ਬਹੁਤ ਇੰਪੋਰਟੈਂਟ ਕੰਮ ਸੀ ਉਹ ਹੋ ਗਿਆ ਥੋੜ੍ਹਾ ਜਿਹਾ ਉਸ ਤੋਂ ਬਾਅਦ ਅਰਨਾਜ਼ ਨੂੰ ਥੋੜ੍ਹਾ ਜਿਹਾ ਘੁਮਾ ਵੀ ਲਿਆਏ ਹਨਾ ਹੁਣ ਉਹਨੂੰ ਨਿੱਕੂ ਪਾਰਕ ਫਿਰ ਕਿਸੇ ਦਿਨ ਲੈ ਜਾਵਾਂਗੇ ਲੈ ਕੇ ਤਾਂ ਜਾਣਾ ਪਏਗਾ ਬਈ ਬਾਕੀ ਬਸ ਸਭ ਠੀਕ ਆ ਸਭ ਵਧੀਆ ਅਤੇ ਠੀਕ ਚੱਲ ਰਿਹਾ ਬਾਬੇ ਦੀ ਕਿਰਪਾ ਹੈਗੀ ਆ ਬਾਬੇ ਦੀ ਕਿਰਪਾ ਇੱਦਾਂ ਹੀ ਬਣੀ ਰਹੇ ਅਤੇ ਮੈਂ ਕੁਛ ਹੋਰ ਕਹਿਣ ਲੱਗੀ ਸੀ ਮੰਮੀ ਆ ਗਈ ਬੱਚਾ ਕੁਛ ਕਹਿਣ ਲੱਗੀ ਸੀ ਐ ਗੱਲ ਜੀ ਚੈਨਲ ਕੋ ਸਬਸਕ੍ਰਾਈਬ ਤੇ ਵੀਡੀਓ ਨੂੰ ਕੋ ਦਬਾ ਕੇ ਸ਼ੇਅਰ ਤੇ ਫਟਾਫਟ ਕਰਨਾ ਹੀ ਕਰਨਾ ਹੈ ਫਟਾਫਟ 3-4000 ਵਾਲੀ ਵਾਪੇ ਵਿਊ ਵਾਲੀ ਗਿਣਤੀ ਚ ਲਿਆਓ ਤੇ ਚੈਨਲ ਨੂੰ ਅੱਗੇ ਵਧਾਓ ਤੇ ਤੁਹਾਡੇ ਸਾਰੇ ਯੋਗਦਾਨ ਨਾਲ ਅਸੀਂ ਤੁਹਾਡੇ ਲਈ ਕੁਝ ਨਾ ਕੁਝ ਵਧੀਆ ਕਰਦੇ ਰਹਾਂਗੇ ਕੋਈ ਗੱਲ ਨਹੀਂ ਲਾਈਫ ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਆ ਉਸ ਰੱਬ ਤੇ ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈਗਾ ਕੋਈ ਜਿੰਨਾ ਮਰਜ਼ੀ ਕੁਛ ਕਰਨ ਦੀ ਕੋਸ਼ਿਸ਼ ਕਰ ਲਏ ਹੈ ਨਾ ਪਰ ਜਦੋਂ ਰੱਬ ਕਿਸੇ ਨਾਲ ਹੁੰਦਾ ਨਾ ਤਾਂ ਫਿਰ ਉਹਦਾ ਕਦੀ ਬੁਰਾ ਨਹੀਂ ਹੁੰਦਾ ਅਤੇ ਕੋਈ ਗੱਲ ਨਹੀਂ ਆਪਾਂ ਜ਼ਰੂਰ ਉੱਠਾਂਗੇ ਇੱਕ ਦਿਨ ਜ਼ਰੂਰ 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 ਉੱਠਾਂਗੇ ਸਾਡੇ ਹੌਸਲੇ ਬੁਲੰਦ ਨੇ ਅਤੇ ਅਸੀਂ ਉੱਠਾਂਗੇ ਅਤੇ ਬਾਕੀ ਇਹ ਵਲੋਗ ਮੈਂ ਇੱਥੇ ਖਤਮ ਕਰਦੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਾ ਹੋਊਗਾ ਅਤੇ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਇੰਸਟਾ ਨੂੰ ਕਰ ਦਿਓ ਫੋਲੋ ਮਿਲਦੇ ਤੁਹਾਨੂੰ ਕੱਲ੍ਹ ਇੱਕ ਹੋਰ ਵਧੀਆ ਜਿਹੇ ਵਲੋਗ ਦੇ ਨਾਲ ਬਾਏ ਬਾਏ।